ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪੰਜਾਬ ਭਾਰਤ ਦੇ ਵਿੱਚੋਂ ਮੋਸਟ ਪ੍ਰੋਬਬਲੀ ਸਾਰੇ ਦੇ ਸਾਰੇ ਚਾਹੁੰਦੇ ਨੇ ਕਿ ਉਹ ਕਿਤੇ ਐਬਰੋਡ ਜਾ ਕੇ, ਆਊਟ ਆਫ ਇੰਡੀਆ ਜਾ ਕੇ ਸੈਟਲਡ ਹੋ ਜਾਣ। ਜ਼ਿਆਦਾਤਰ ਉਹ ਤਬਕਾ ਜੋ ਗਰੀਬ ਹੈ ਜਾਂ ਮੱਧਮ ਵਰਗੀ ਹੈ, ਕਿਉਂਕਿ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਅਜਿਹੀ ਕਰਪਸ਼ਨ ਹੈ ਕਿ ਬੰਦਾ ਤ੍ਰਸਤ ਹੋ ਜਾਂਦਾ ਹੈ। ਹਾਲ ਹੀ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ NRI ਜਿਸਦੀ ਫਲਾਈਟ 29 ਜਨਵਰੀ ਦੀ ਸੀ ਅਤੇ ਉਸਨੂੰ ਪਟਵਾਰੀ ਨੇ ਇੰਨਾ ਕੁ ਤੰਗ ਕੀਤਾ ਕਿ ਉਸਨੇ ਸਰਕਾਰੀ ਦਫ਼ਤਰ ਦੇ ਬਾਹਰ ਹੀ ਹੰਗਾਮਾ ਕਰ ਦਿੱਤਾ ਅਤੇ ਆਪਣੇ ਆਪ ਨੂੰ ਮੈਂ ਅੱਗ ਲਾ ਕੇ ਮਾਰ ਦੇਵਾਂਗਾ, ਇਹ ਕਹਿੰਦੇ ਹੋਏ ਵੀਡੀਓ ਬਣਵਾਈ ਕਿ ਅਗਰ ਮੈਨੂੰ ਕੁਛ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਸਿਰਫ ਅਤੇ ਸਿਰਫ ਇਹ ਪਟਵਾਰੀ ਹੋਵੇਗਾ ਜੋ ਮੈਨੂੰ ਪਿਛਲੇ ਕਈ ਮਹੀਨਿਆਂ ਤੋਂ ਖੱਜਲ ਖੁਆਰ ਕਰ ਰਿਹਾ ਹੈ। ਮੈਂ ਖੱਜਲ ਹੋ ਰਿਹਾ, ਦੇਖ ਸਕਦੇ ਹੋ ਮੇਰੀ ਨਦੀ ਦੀਦੀ ਫਲੈਟਾਂ ਲੈਣ ਦੀ।
29 ਤਰੀਕ ਮੇਰੇ ਫਲਾਈਟ ਆ ਕੱਲ ਦੀ, ਆ ਲਓ ਸਰ। ਮੈਨੂੰ ਖਰਾਬ ਕੀਤਾ, ਰੋਜ਼ ਖੱਚਰ ਕਰਦਾ ਮੈਨੂੰ, ਰੋਜ਼ ਜਾਰੀ। ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ? ਮੇਰਾ ਮੋਬਾਈਲ ਨੰਬਰ 783-783-12-12। ਆ ਲਓ ਮੇਰੀ ਫਲਾਈਟ ਕੱਲ ਦੀ, ਇਹ ਡਮੇ ਕਰਦਾ ਰੋਜ਼ ਜਾਰੀ ਦਾ, ਇਹ ਮੈਂ ਖੱਜੋ ਹੋ ਗਿਆ ਇਸ ਤੋਂ ਆ ਕੇ। ਗੋਡਾ ਸਾਹਿਬ ਜੀ ਅਨਾਊਂਸਮੈਂਟ ਕਰਾਓ, ਜੇ ਮੈਂ ਮਰਿਆ ਮੈਂ ਤੇਲ ਬਾਗਾਂ ਚ ਬਣੂੰਗਾ, ਇੱਥੇ ਉਹਦਾ ਜੀਵਨ ਤੁਹਾਨੂੰ ਪਟਵਾਰੀ ਹੋਊਗਾ, ਕਿਉਂਕਿ ਖੱਜਲ ਕਰ ਰਿਹਾ ਮੈਨੂੰ ਰੋਜ਼ ਜਾਰੀ। ਮੇਰੀ ਰਿਸ਼ਤੀ ਚੁੱਕੀ ਹੋਈ ਹੈ, ਰਿਸ਼ਤੀ ਜੋ ਕਿ ਗਾਡੀ ਸਾਹਿਬ ਦਾ ਆਰਡਰ ਹੋ ਚੁੱਕਿਆ ਮੇਰੀ ਰਿਸ਼ਤੀ ਦੇ, ਇਹਨੂੰ ਮੈਂ ਸਾਰੇ ਪੇਪਰ ਦੇ ਚੁੱਕਾ ਇਸ ਬੰਦੇ ਨੂੰ। ਇਹ ਬੰਦਾ ਹੈਗਾ ਬਰਨ ਪਟਵਾਰੀ, ਮਾਂਗੜਾਂ ਦਾ ਪਟਵਾਰੀ ਆ, ਤੇਰ ਸਿੱਖਿਆ ਦਾ ਪਟਵਾਰੀ ਹੈ, ਬਸਤੇ ਤੱਕ ਫਿਰ ਚੱਲੇ। ਗੁਰਪਿਆਰਿਓ, ਪੁਲਿਸ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਜਿਹੇ ਮਾਮਲਿਆਂ ਦੇ ਵਿੱਚ ਤੇਜ਼ ਤੋਂ ਤੇਜ਼ ਕਾਰਵਾਈ ਕੀਤੀ ਜਾਵੇ, ਤਾਂ ਜੋ ਸਾਡੇ ਵਿਦੇਸ਼ਾਂ ਦੇ ਵਿੱਚ ਵੱਸਦੇ ਹੋਏ ਜੋ ਵੀ NRI ਵੀਰ ਹੈ ਨੇ, ਉਹ ਪੰਜਾਬ ਦੇ ਵਿੱਚ ਆ ਕੇ ਜਾਂ ਇੰਡੀਆ ਦੇ ਵਿੱਚ ਆ ਕੇ ਖੱਜਲ ਖੁਆਰ ਨਾ ਹੋਣ, ਉਹਨਾਂ ਨੂੰ ਗਰੰਟਿਡ ਕੋਈ ਵੀ ਨਾ ਲੈ ਸਕੇ। ਕਿਉਂਕਿ ਜ਼ਿਆਦਾਤਰ ਅਦਾਰਿਆਂ ਦੇ ਵਿੱਚ ਦੇਖਣ ਨੂੰ ਇਹ ਮਿਲਦਾ ਹੈ ਕਿ ਕੋਈ ਵੀ NRI ਜਦੋਂ ਇੰਡੀਆ ਆਉਂਦਾ ਹੈ ਜਾਂ ਆਪਣੀ ਜ਼ਮੀਨ ਦਾ ਹਿਸਾਬ ਕਿਤਾਬ ਕਿਸੇ ਤੋਂ ਮੰਗਦਾ ਹੈ ਤਾਂ ਉਹਦੇ ਨਾਲ ਜ਼ਰੂਰ ਧੱਕੇਸ਼ਾਹੀ ਕੀਤੀ ਜਾਂਦੀ ਹੈ। ਅਤੇ NRI ਵੀਰਾਂ ਦਾ ਵੀ ਇਹੀ ਫਰਜ਼ ਬਣਦਾ ਹੈ ਕਿ ਆਪਣਾ ਕੰਮ ਜਲਦੀ ਕਰਵਾਉਣ ਦੇ ਚੱਕਰ ਦੇ ਵਿੱਚ ਕਿਸੇ ਦੀ ਹਥੇਲੀ ਗਰਮ ਨਾ ਕਰਨ, ਕਿਉਂਕਿ ਇਹ ਆਦਤਾਂ ਮਾੜੀਆਂ ਰਿਸ਼ਵਤ ਦੇਣ ਦੀਆਂ ਕਿਤੇ ਨਾ ਕਿਤੇ ਅਸੀਂ ਹੀ ਸ਼ੁਰੂ ਕੀਤੀਆਂ ਹੋਈਆਂ ਨੇ ਆਪਣੇ ਕੰਮ ਛੇਤੀ ਕਰਵਾਉਣ ਦੇ ਚੱਕਰ ਦੇ ਵਿੱਚ। ਅਤੇ ਜੇਕਰ ਇਸ ਵੀਰ ਦੇ ਵਾਂਗੂ ਹੀ ਅਸੀਂ ਆਵਾਜ਼ ਬੁਲੰਦ ਕਰਕੇ ਅਜਿਹੇ ਪਟਵਾਰੀ ਹੋਣ ਜਾਂ ਕੋਈ ਹੋਰ ਅਧਿਕਾਰੀ ਹੋਣ ਜੋ ਰਿਸ਼ਵਤ ਮੰਗਦੇ ਨੇ ਜਾਂ ਕੰਮ ਨਹੀਂ ਕਰਵਾ ਕੇ ਦਿੰਦੇ, ਸਮੇਂ ਸਿਰ ਲਟਕਾਉਂਦੇ ਨੇ, ਉਹਨਾਂ ਨੂੰ ਜੱਗ ਜ਼ਾਹਿਰ ਕਰਾਂਗੇ ਤਾਂ ਆਪਣੇ ਆਪ ਸਿਸਟਮ ਸਹੀ ਹੋਣਾ ਸ਼ੁਰੂ ਹੋ ਜਾਵੇਗਾ। ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਇਸ ਸਾਰੇ ਮਾਮਲੇ ਦੇ ਉੱਤੇ ਕੀ ਕਾਰਵਾਈ ਕਰਦਾ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।